ਸ਼ਾਮ ਦੇ 8 ਵੱਜ ਗਏ ਆ, ਪੌਣੇ 8 ਹੋਇਆ ਵੈਸੇ ਤਾਂ, ਤੇ ਸੂਰਜ ਦੇਖੋ ਕਿਵੇਂ ਚਮਕ ਰਿਹਾ। ਸਮੋਸੇ ਵਗੈਰਾ ਲਾਏ ਪਏ ਆ, ਜਲੇਬੀ, ਪਾਣੀ ਪੂਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਤੁਹਾਡਾ। ਅੱਜ ਅਸੀਂ ਚੱਲਿਆਂਗੇ ਗਲੈਨਕ ਬੀਚ, ਅਤੇ ਉੱਥੇ ਇੱਕ ਇਵੈਂਟ ਜਿਹਾ ਹੋ ਰਿਹਾ ਹੈਗਾ ਏਸ਼ੀਅਨ ਫੂਡ ਦਾ, ਅਤੇ ਜੁੜੇ ਰਹੋ ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਹਿਸਾਬ ਕਿਤਾਬ ਹੈ, ਅਤੇ ਨਾਲੇ ਤੁਸੀਂ ਬੀਚ ਵੀ ਦੇਖ ਲਓਗੇ, ਪਾਣੀ ਬਹੁਤ ਸਾਫ਼ ਉੱਥੋਂ ਦਾ, ਅਤੇ ਤੁਸੀਂ ਵਧੀਆ ਆਨੰਦ ਲਓਗੇ ਅੱਜ ਦੇ ਬਲੌਗ ਦਾ, ਜੁੜੇ ਰਹੋ। ਲਓ ਜੀ, ਆਪਾਂ ਪਹੁੰਚ ਗਏ ਵੈਸੇ ਗਲੈਨਕ ਬੀਚ 'ਤੇ, ਅਤੇ ਦੇਖਦੇ ਹਾਂ ਅੱਗੇ। ਅੱਜ ਤੋਂ ਸ਼ੁਰੂ ਹੋਣਾ ਇਵੈਂਟ, 4 ਦਿਨ ਚੱਲਣਾ, 15, 16, 17, 18 ਨੂੰ। ਸੋ ਦੇਖਦੇ ਹਾਂ ਵੀ ਕੀ ਚੱਲ ਰਿਹਾ ਅੱਜ। ਰਸ਼ ਜਿਹਾ ਤਾਂ ਵਾਹਵਾ ਲੱਗ ਰਿਹਾ ਸੀ ਜਦੋਂ ਅਸੀਂ ਆਏ ਸੀ ਉੱਥੋਂ, ਪਾਰਕਿੰਗ ਵਗੈਰਾ ਦੇਖ ਰਹੇ ਸੀਗੇ, ਅਤੇ ਚਲੋ ਦੇਖਦੇ ਹਾਂ। ਸ਼ਾਮ ਦੇ 8 ਵੱਜ ਗਏ ਆ, ਪੌਣੇ 8 ਹੋਇਆ ਵੈਸੇ ਤਾਂ, ਅਤੇ ਸੂਰਜ ਦੇਖੋ ਕਿਵੇਂ ਚਮਕ ਰਿਹਾ। ਗਰਮੀਆਂ 'ਚ ਇੱਥੇ ਸੂਰਜ 9-9 ਵਜੇ ਤੱਕ ਵੀ ਖੜ੍ਹਾ ਰਹਿੰਦਾ। ਆਹ ਦੇਖੋ ਏਸ਼ੀਆ ਸਟਰੀਟ ਫੂਡ ਦੀਆਂ ਇੱਥੇ ਲੱਗੀ ਹੋਈ ਅੱਜ ਪਹਿਲਾ ਦਿਨ ਆ। ਰੌਣਕ ਮੇਲਾ ਦੇਖੋ ਇੱਥੇ ਕਿਵੇਂ ਲੱਗਿਆ ਹੋਇਆ। ਚਲੋ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਇਹ ਉੱਦਾਂ ਛੋਟੀਆਂ ਦੂਜੀਆਂ, ਇਹ ਦੂਜੀਆਂ ਸਟਾਲਾਂ ਉੱਦਾਂ। ਦੇਖੋ ਕਿਵੇਂ $25 ਡਾਲਰ ਦੀਆਂ ਆਈਟਮਾਂ ਇਹ। ਇੱਥੇ ਫਨ ਰਾਈਡ ਵੀ ਲੈ ਸਕਦੇ ਹਾਂ, ਆਹ ਦੇਖੋ। ਸਨਸੈੱਟ ਦਾ ਨਜ਼ਾਰਾ ਵੇਖੋ ਤੁਸੀਂ, ਕਿਆ ਇੰਜੋਇਮੈਂਟ ਲਈ ਵੀ ਇੱਥੇ ਲੱਗਿਆ ਹੋਇਆ ਝੂਲਾ ਜਿਹਨੂੰ ਕਹਿ ਦਈਏ ਆਪਾਂ। ਅਤੇ ਆਹ ਦੇਖੋ ਤੁਸੀਂ ਆਲੇ ਦੁਆਲੇ ਦਾ ਨਜ਼ਾਰਾ। ਆਹ ਸਾਰੇ ਇੱਥੇ ਹੋਟਲ ਨੇ, ਅਤੇ ਆ ਇੱਥੇ ਟ੍ਰੈਮ ਵੀ ਆਉਂਦੀ ਆ। ਤੁਸੀਂ ਨਾ ਇੱਥੇ ਆਹ ਟਰੈਕ ਬਣਿਆ ਹੋਇਆ ਜਿਹੜਾ, ਆਹ ਇੱਥੇ ਟ੍ਰੈਮ ਆਉਂਦੀ ਆ ਰੋਡ 'ਤੇ, ਮਤਲਬ ਜਿਵੇਂ ਟ੍ਰੇਨ ਚੱਲਦੀ ਆ ਉੱਦਾਂ ਕਹਿ ਦਿੰਦੇ ਆਪਾਂ। ਖੁਸ਼ਬੂ ਤਾਂ ਬਹੁਤ ਸੋਹਣੀ ਆ ਰਹੀ ਹੈ ਵੈਸੇ।
ਯਾਰ ਇੱਥੇ ਨਾ ਖਾਣੇ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਇੰਡੋਨੇਸ਼ੀਆ ਦਾ ਫੂਡ ਆ ਜਿਵੇਂ एक दोस्त मिल गया सीगा मैनू असी इकट्ठे पढ़ रहे सीगे तो अपना पाकिस्तान तो सी मित्र उन्हों मलवाने जो दोबारा आया इतने सिक्योरिटी की जॉब कर रहे हो इतने बैंक के फिलिपिनो की है इंडियन स्ट्रीट कॉर्नर आ गया इंडियन फूड देखो समोसे वगैरह लाए पे जलेबी पानीपुरी आ खड़ा अपना मित्र सिक्योरिटी वाला तो मिलते हैं इन्हें करते हैं गल आप ऑर्डर किया जी स्प्रिंग रोल क्योंकि होर तो आपको कुछ इतने वेज मिल नहीं रहा थैंक यू शो आ इन्हों का मेन्यू सीगा आइसक्रीम कोन या कैन वी हैव अ वनीला एंड पैशन फ्रूट हां जी दावा लिखो हां पैशन फ्रूट सलाह चेंज होगी ते वनीला पैशन फ्रूट हां स्पॉट डॉलर्स अब बाबा सीनी इथे नंबर 84 बाकी खत्म हो गया सी सिर्फ दो तीन ही बचिया सीगियां आइटम चलो ठीक है जी अज का ब्लॉग बस इतने तक ही सीगा उम्मीद करदा थोनू पसंद आया होगा तो जो पसंद आया तो लाइक कमेंट ते शेयर जरूर करियो एवें ही तुसी प्यार देंदे रहो अगे थोनू वधिया वधिया थावां ते होर लैके जावांगे बाकी हले तां इह पहला दिन सीगा तो दोबारा भी कोशिश करांगे आने की टाइम कढ के फिर देखदे आं जाते जाते थोनू एक बीच का जैटी का भी व्यू दिखा देवे तो ठीक है जी मिलते हैं जी अगले ब्लॉग के सत श्री अकाल।